ਹਾਈ ਗਾਈਸ, ਵੈਲਕਮ ਬੈਕ ਟੂ ਮਾਈ ਚੈਨਲ। ਕੀ ਹਾਲ ਹੈ ਤੁਹਾਡੇ ਸਾਰਿਆਂ ਦਾ? ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਅਤੇ ਜਿੱਦਾਂ ਕਿ ਮੈਂ ਪਿਛਲੇ ਵੀਡੀਓ 'ਚ ਦਿਖਾਇਆ ਸੀ, ਮੀਹਰ ਦੀ ਬੁੱਕ ਸ਼ੈਲਫ ਅਤੇ ਚੇਅਰ ਅਤੇ ਸਟੱਡੀ ਟੇਬਲ ਫਿੱਟ ਹੋਇਆ ਸੀ, ਅਤੇ ਉਸ ਤੋਂ ਅੱਗੇ ਕੀ ਫਿੱਟ ਹੋਣਾ ਇਹ ਮੀਹਰ ਤੁਹਾਨੂੰ ਦੱਸੇਗੀ। ਅੱਜ ਮੀਹਰ ਕਹਿੰਦੀ ਮੈਂ ਗੱਲਾਂ ਕਰਨੀਆਂ ਸਾਰਿਆਂ ਨਾਲ। ਅੱਜ ਮੇਰਾ ਬੈਡ ਜੋੜ ਰਿਹਾ। ਮੈਂ ਬੈਡ ਪਸੰਦ ਕੀਤਾ ਸੀ, ਮੈਨੂੰ ਵਾਈਟ ਚਾਹੀਦਾ ਸੀ, ਪਰ ਮੰਮੀ ਨੇ ਮਨਾ ਕਰਤਾ ਕਿਉਂਕਿ ਵਾਈਟ ਗੰਦਾ ਹੋ ਜਾਂਦਾ। ਹੁਣ ਤੁਸੀਂ ਦੇਖਣਾ ਕਿ ਬੈਡ ਇਹ ਵਾਲਾ ਕਿਹੜਾ ਕਲਰ ਹੋਏਗਾ। ਅੱਜ ਮੇਹਰ ਨੇ ਥੋੜ੍ਹੀ ਜਿਹੀ ਰਿਕਾਰਡਿੰਗ ਕੀਤੀ ਸੀ, ਅਤੇ ਉਹ ਦੱਸ ਰਹੀ ਸੀ ਤੁਹਾਡਾ ਕਿ ਉਹ ਕਹਿ ਰਹੀ ਸੀ ਕਿ ਅੱਜ ਮੈਂ ਬੋਲਾਂਗੀ। ਮੈਂ ਕਿਹਾ ਚੱਲ ਠੀਕ ਹੈ, ਅੱਜ ਤੂੰ ਬੋਲੀ। ਅਤੇ ਬਸ ਚਲੋ ਅਸੀਂ ਲੋਕ ਬੈੱਡ ਜੋੜਨ ਲੱਗੇ ਹਾਂ, ਅਤੇ ਬੈੱਡ ਜੋੜਨ ਤੋਂ ਬਾਅਦ ਜੋ ਵੀ ਵੀਡੀਓ ਬਣੀ ਆ, ਵਾ ਪਤਾ ਨਹੀਂ ਕੀ ਵੀਡੀਓ ਇਸ 'ਚ ਬਣੇਗੀ ਕਿ ਨਹੀਂ। ਅਤੇ ਅੱਜ ਬੈੱਡ ਜੁੜੇਗਾ, ਮੇਹਰ ਦਾ ਫੁੱਲੀ ਕਮਰਾ ਸੈੱਟ ਹੋ ਜਾਏਗਾ। ਅਤੇ ਚਲੋ ਦੇਖੋ ਤੁਸੀਂ ਅਤੇ ਦੱਸਣਾ ਅਗਰ ਕੋਈ ਵੀ ਚੀਜ਼ ਕੁਛ ਵੀ ਲੱਗੇ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਮੈਨੂੰ ਕਮੈਂਟ ਕਰ ਸਕਦੇ ਹੋ। ਅਤੇ ਐਂਡ ਗਾਈਜ਼, ਪਲੀਜ਼ ਵੀਡੀਓ ਦੇਖਦੇ ਹੋ ਅਤੇ ਪਲੀਜ਼ ਲਾਈਕ ਵੀ ਕਰ ਦਿਆ ਕਰੋ। ਅਤੇ ਜੇ ਨਹੀਂ ਵੀ ਪਸੰਦ ਆਉਂਦੀ ਤਾਂ ਤਾਂ ਵੀ ਦੱਸ ਦਿਆ ਕਰੋ, ਕੁਛ ਵੀ ਬੋਲਿਆ ਕਰੋ। ਬਟ ਅੱਛਾ ਲੱਗਦਾ ਕਿ ਹਾਂ ਅਗਰ ਕੋਈ ਦੱਸੇਗਾ ਤਾਂ ਅੱਛਾ ਵੀ ਲੱਗੇਗਾ। ਅਤੇ ਚਲੋ ਤੁਸੀਂ ਦੇਖੋ ਕਿਵੇਂ ਅਸੀਂ ਮਿਲ ਕੇ ਬੈੱਡ ਸੈੱਟ ਕਰ ਰਹੇ ਹਾਂ। ਪਹਿਲੇ ਦਾ ਸਾਰਾ ਸਮਾਨ ਅਸੀਂ ਕੱਢ ਲਾਂਗੇ, ਜੋ ਵੀ ਇਹਦਾ ਸਮਾਨ ਹੈਗਾ, ਜੋ ਵੀ ਇਹਦੇ ਟੂਲਸ ਹੈਗੇ ਨੇ, ਫਿੱਟ ਕਰਨ ਵਾਲੇ ਨੇ, ਨਟ ਨੇ, ਉਹ ਸਾਰੀਆਂ ਅਸੀਂ ਕੱਢ ਲਾਂਗੇ ਅਤੇ ਸਭ ਅਲੱਗ ਅਲੱਗ ਰੱਖ ਲਾਂਗੇ। ਇੱਦਾਂ ਸੌਖਾ ਵੀ ਹੋ ਜਾਂਦਾ ਹੈ, ਜੋ ਨਾ ਉਹ ਈਜ਼ੀਲੀ ਸਾਰਾ ਕੁਛ ਮਿਲ ਵੀ ਜਾਂਦਾ ਹੈ। ਅਤੇ ਬਹੁਤ ਹੀ ਪਿਆਰਾ ਬੈੱਡ ਹੈਗਾ ਸੀ, ਜਦੋਂ ਪੂਰਾ ਫਿੱਟ ਹੋ ਜਾਏਗਾ ਅਤੇ ਤੁਸੀਂ ਦੇਖਣਾ। ਅਤੇ ਪਲੀਜ਼ ਮੇਹਰ ਲਈ ਲਾਈਕ ਕਰ ਦੇਣਾ, ਕਿਉਂਕਿ ਮੇਹਰ ਦੇ ਰੂਮ ਦਾ ਹੈ ਅਤੇ ਮੇਹਰ ਨੇ ਅੱਜ ਖੁਦ ਤੋਂ ਰਿਕਾਰਡਿੰਗ ਵੀ ਕੀਤੀ ਹੈ ਥੋੜ੍ਹੀ ਜਿਹੀ। ਅਤੇ ਤੁਸੀਂ ਅਗਰ ਤੁਹਾਨੂੰ ਪਸੰਦ ਆਉਂਦਾ ਹੈ ਤਾਂ ਪਲੀਜ਼ ਜ਼ਰੂਰ ਗਾਇਸ ਲਾਈਕ ਕਰਨਾ, ਅਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਵੀ ਕਰ ਦੇਣਾ। ਅਤੇ ਬਸ ਇਹ ਥੋੜ੍ਹਾ ਥੋੜ੍ਹਾ ਸਮਾਨ ਇਹਦੇ ਵਿੱਚੋਂ ਕੱਢ ਲਿਆ ਹੈ ਅਤੇ ਬਹੁਤ ਈਜ਼ੀ ਹੋ ਜਾਂਦਾ ਹੈ ਫਿੱਟ ਕਰਨਾ, ਚਾਹੇ ਅਸੀਂ ਇੱਥੋਂ ਐਮਾਜ਼ੋਨ ਤੋਂ ਔਡਰ ਕਰੀਏ ਚਾਹੇ ਆਈਕੀਆ ਤੋਂ। ਇਹ ਵਾਲਾ ਜਿਹੜਾ ਬੈੱਡ ਹੈਗਾ ਇਹ ਅਸੀਂ ਐਮਾਜ਼ੋਨ ਤੋਂ ਔਡਰ ਕੀਤਾ ਸੀ, ਅਤੇ ਇਹ ਵਾਲਾ ਬੈੱਡ ਹੈਗਾ, ਇਹ ਇਹਦੀ ਮੈਂ ਜਿਹੜੀ ਫੋਟੋ ਪਾਈ ਹੋਈ ਹੈ ਇਹ ਵਾਲਾ ਬੈੱਡ ਹੈ, ਅਤੇ ਇਹ ਅਸੀਂ$170 ਵਿੱਚ ਔਡਰ ਕੀਤਾ ਸੀ। ਅਤੇ ਐਮਾਜ਼ੋਨ ਤੋਂ ਜਿਹੜੇ ਇੱਥੇ ਹੈਗੇ ਨੇ ਉਹ ਦੇਖ ਸਕਦੇ ਨੇ, ਉਹ ਔਡਰ ਕਰ ਸਕਦੇ ਆ, ਬਹੁਤ ਹੀ ਪਿਆਰਾ ਬੈੱਡ ਹੈਗਾ। ਅਤੇ ਬਸ ਅਸੀਂ ਲੋਕ ਹੁਣ ਇਹਨੂੰ ਫਿੱਟ ਕਰਨ 'ਚ ਸਟਾਰਟ ਹੋ ਚੁੱਕੇ ਹਾਂ, ਅਤੇ ਸਾਰਿਆਂ ਦਾ ਸਮਾਨ ਅਸੀਂ ਲੋਕਾਂ ਨੇ ਕੱਢ ਲਿਆ ਹੋਇਆ, ਅਤੇ ਸਾਰਾ ਟੋਟਲ ਸਮਾਨ ਇਹਦੇ ਵਿੱਚ ਦਿੱਤਾ ਹੋਇਆ ਸੀ, ਜੋ ਵੀ ਨਟ ਸਭ ਕੁਛ ਸਭ ਚੀਜ਼ਾਂ ਇੱਥੇ ਮਿਲਦੀਆਂ ਨੇ। ਅਤੇ ਬਸ ਇਹਦਾ ਜਲਦੀ ਤੋਂ ਫਿੱਟ ਕਰਾਂਗੇ, ਔਰ ਚਲੋ ਤੁਸੀਂ ਦੇਖੋ ਅਤੇ ਅਗਰ ਕੋਈ ਵੀ ਕੁਛ ਲੱਗੇ ਤਾਂ ਜ਼ਰੂਰ ਦੱਸਣਾ।
ਕਹਿੰਦਾ ਮੈਨੂੰ ਵੀ ਦੱਸੋ ਕੋਈ ਹੈਲਪ ਚਾਹੀਦੀ ਹੈ ਤੇ ਮੈਂ ਵੀ ਆ ਰਿਹਾ ਸੀ ਤੇ ਵਿੱਚ ਵਿੱਚ ਬੜਾ ਪਰੇਸ਼ਾਨ ਕਰ ਰਿਹਾ ਸੀ ਔਰ ਬਤਾਈ ਜਾ ਰਿਹਾ ਸੀ ਬਾਰ ਬਾਰ ਸਾਨੂੰ ਐਸੇ ਕਿ ਇਹਨੂੰ ਕੋਈ ਚੀਜ਼ ਲੱਗ ਨਾ ਜਾਵੇ ਕਿਉਂਕਿ ਉੱਥੇ ਸਾਰੇ ਨਰਸ ਵਗੈਰਾ ਇਸ ਤਰ੍ਹਾਂ ਫੈਲੇ ਹੋਏ ਸੀਗੇ ਸਾਈਡ ਵਿੱਚ ਤੇ ਇੱਧਰ ਉੱਧਰ ਵੀ ਹੋ ਜਾਂਦੇ ਕਈ ਵਾਰੀ ਤੇ ਇਹਦੀ ਆਦਤ ਹੈਗੀ ਹੈ ਕਈ ਵਾਰੀ ਕੋਈ ਚੀਜ਼ ਮੂੰਹ 'ਚ ਪਾ ਕੇ ਨਾ ਇੱਧਰ ਉੱਧਰ ਲੈ ਵੀ ਜਾਂਦਾ ਤੇ ਇਹ ਬਹਿ ਗਿਆ ਸੀ ਆ ਕੇ ਉੱਤੇ ਤੇ ਡਰਦਾ ਵੀ ਪਿਆ ਸੀ ਨਾਲ ਨਾਲ ਵੱਡੀਆਂ ਵੱਡੀਆਂ ਚੀਜ਼ਾਂ ਤੋਂ ਨਾ ਇਹ ਡਰਦਾ ਵੀ ਆ ਥੋੜ੍ਹਾ ਜਿਹਾ ਤੇ ਬਸ ਇਹ ਵੀ ਬੈਠ ਗਿਆ ਸੀ ਸਾਡੇ ਨਾਲ ਇਹਨੂੰ ਤੇ ਸਾਰੇ ਇਕੱਠੇ ਹੋ ਕੇ ਬਹਿ ਗਏ ਤੇ ਮੈਂ ਇਕੱਲਾ ਗਿਓ ਰਵਾਂ ਤੇ ਬਸ ਫਿਰ ਉਸ ਤੋਂ ਬਾਅਦ ਨਾ ਮੇਹਰ ਕਹਿ ਰਹੀ ਸੀ ਕਿ ਮੈਂ ਇਹਨੂੰ ਥੋੜ੍ਹੀ ਦੇਰ ਬਾਹਰ ਲੈ ਜਾਂਦੀ ਹਾਂ ਇਹਨੂੰ ਥੋੜ੍ਹਾ ਰਾਊਂਡ ਲਗਵਾ ਲਿਆਉਂਦੀ ਹਾਂ ਤੇ ਫਿਰ ਮੈਂ ਇਹਨੂੰ ਕਿਹਾ ਕਿ ਚੱਲ ਥੋੜ੍ਹਾ ਜਿਹਾ ਬਸ ਬੈਡ ਰਹਿ ਗਿਆ ਹੈ ਤੈਨੂੰ ਸੈੱਟ ਸੁੱਟ ਕਰਵਾ ਲੈਂਦੇ ਹਾਂ ਤੇ ਉਸ ਤੋਂ ਬਾਅਦ ਇਹਨੂੰ ਇਕੱਠੇ ਬਾਹਰ ਲੈ ਕੇ ਜਾਵਾਂਗੇ ਸੀ ਤੇ ਮੈਂ ਬਸ ਉਹੀ ਵੇਟ ਕਰ ਰਿਹਾ ਸੀ ਕਿਉਂਕਿ ਇਹਨੂੰ ਆਦਤ ਵੀ ਪੈ ਗਈ ਹੈ ਨਾ ਸ਼ਾਮੇ ਬਾਹਰ ਜਾਣ ਦੀ ਤੇ ਇਹਨੂੰ ਬਸ ਬਾਹਰ ਲੈ ਕੇ ਜਾਣਾ ਸੀ ਤੇ ਉਹ ਵੇਟ ਹੀ ਕਰ ਰਿਹਾ ਸੀ ਕਿ ਪਤਾ ਨਹੀਂ ਇਹ ਲੋਕ ਕੀ ਖੋਲ ਕੇ ਬਹਿ ਗਏ ਨੇ ਤੇ ਮੈਨੂੰ ਕਦੋਂ ਇਹਨਾਂ ਨੂੰ ਬਾਹਰ ਲੈ ਕੇ ਜਾਣਾ ਤੇ ਬਸ ਬਸ ਫਟਾਫਟ ਹੁਣ ਬਸ ਬੈਡ ਹੀ ਫਿੱਟ ਕਰਨਾ ਸੀਗਾ ਬਸ ਬੈਡ ਹੋ ਜਾਵੇ ਫਿੱਟ ਤੇ ਇਸ ਵੀਡੀਓ ਵਿੱਚ ਸ਼ਾਇਦ ਬੈਡ ਦੀ ਵੀਡੀਓ ਜਾਏਗੀ ਕਿਉਂਕਿ ਮੈਂ ਕਿੰਨੀ ਐਡਿਟ ਕੀਤੀ ਹੈ ਹਲੀ ਵੀਡੀਓ ਤਾਂ ਵੀ ਇਹ 14-15 ਮਿੰਟ ਦੀ ਵੀਡੀਓ ਹੋ ਚੁੱਕੀ ਹੈ ਮੈਂ ਬਹੁਤ ਸਾਰੀ ਐਡਿਟ ਕਰ ਦਿੱਤੀ ਵਿੱਚੋਂ ਵੀਡੀਓ ਤੇ ਮੈਂ ਹਲੀ ਫਾਸਟ ਵੀ ਕੀਤੀ ਹੈ ਵੀਡੀਓ ਇਹ ਕੁਛ ਅੱਧੇ ਪੌਣੇ ਘੰਟੇ ਦੀ ਵੀਡੀਓ ਸੀ ਜਦੋਂ ਅਸੀਂ ਬੈਡ ਫਿੱਟ ਕਰ ਰਹੇ ਸੀ ਮੈਂ ਜਦੋਂ ਕੈਮਰਾ ਲਗਾਇਆ ਨਾ ਤੇ 1 ਘੰਟਾ ਆਈ ਥਿੰਕ 1 ਘੰਟਾ ਹੋ ਹੀ ਗਿਆ ਸੀਗਾ ਬਟ ਮੈਂ ਕਾਫੀ ਐਡਿਟ ਕੀਤੀ ਹੈ ਤੇ ਬਹੁਤ ਲੰਬੀ ਵੀਡੀਓ ਹੋ ਗਈ ਸੀ ਮੈਂ ਕਾਫੀ ਸਾਰੀ ਐਡਿਟ ਕੀਤੀ ਇਹਦੇ ਵਿੱਚੋਂ ਵੀਡੀਓ ਤੇ ਬਸ ਜੋ ਜੋ ਵੀਡੀਓ ਹੋਈ ਤੁਹਾਡੇ ਸਾਹਮਣੇ ਪੂਰਾ ਬੈਡ ਅਸੀਂ ਪੂਰਾ ਸੈੱਟ ਕੀਤਾ ਹੈ ਤੇ ਜਿੰਨਾ ਵੀ ਵੀਡੀਓ 'ਚ ਹੋ ਪਾਇਆ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਤੇ ਬਸ ਅੱਗੇ ਵੀ ਇਸ ਤਰ੍ਹਾਂ ਹੀ ਵੀਡੀਓ ਬਣਦੀ ਪਈ ਆ ਤੇ ਬਸ ਫਟਾਫਟ ਅਸੀਂ ਲੋਕ ਇਹ ਬੈਡ ਫਿੱਟ ਕਰਦੇ ਹਾਂ ਬੈਡ ਹੋ ਚੁੱਕਿਆ ਪੂਰਾ ਕੰਪਲੀਟ ਸਾਰੇ ਇਹਦੇ ਲਗਾ ਦਿੱਤੇ ਨੇ ਉੱਪਰ ਦੀ ਜਿਹੜੀਆਂ ਵੀ ਹੈ ਲੱਕੜ ਦੀਆਂ ਹੈਗੀਆਂ ਸੀ ਸਾਰੀਆਂ ਲਗਾ ਦਿੱਤੀਆਂ ਤੇ ਉਸ ਤੋਂ ਬਾਅਦ ਨਾ ਮੈਟਰਸ ਅਸੀਂ ਓਪਨ ਕੀਤਾ ਸੀ ਮੈਟਰਸ ਆ ਚੁੱਕਿਆ ਸੀ ਲੇਕਿਨ ਅਸੀਂ ਓਪਨ ਨਹੀਂ ਕੀਤਾ ਸੀ ਕਿਉਂਕਿ ਬੈਡ ਸੈੱਟ ਨਹੀਂ ਹੋਇਆ ਸੀ ਤੇ ਮੈਟਰਸ ਵੀ ਆ ਗਿਆ ਹੋਇਆ ਇਹ ਮੈਟਰਸ ਅਸੀਂ ਕੋਸਟਕੋ ਤੋਂ ਆਰਡਰ ਕੀਤਾ ਸੀ ਤੇ ਬਹੁਤ ਹੀ ਮੇਹਰ ਨੂੰ ਬਹੁਤ ਕੰਫਰਟੇਬਲ ਲੱਗਾ ਇਹ ਵਾਲਾ ਮੈਟਰਸ ਤੇ ਲੇਕਿਨ ਇਹਨਾਂ ਨੇ ਜਿਹੜਾ ਮੈਟਰਸ ਸੀ ਨਾ ਬਹੁਤ ਇੰਨਾ ਜ਼ਿਆਦਾ ਮਤਲਬ ਲਪੇਟਿਆ ਹੋਇਆ ਸੀ ਜਾਂ ਇੰਨਾ ਔਖਾ ਹੋ ਗਿਆ ਸੀ ਖੋਲਣਾ ਔਰ ਇੰਨਾ ਜ਼ਿਆਦਾ ਹੈਵੀ ਇਹ ਬਸ ਵੀ ਬਹੁਤ ਹੀ ਜ਼ਿਆਦਾ ਹੈਵੀ ਸੀ ਲੇਕਿਨ ਜਿਹੜਾ ਇਹਨੂੰ ਰੈਪ ਕੀਤਾ ਹੋਇਆ ਸੀ ਨਾ ਇਹਨਾਂ ਨੇ ਬਹੁਤ ਜ਼ਿਆਦਾ ਮਤਲਬ ਬਹੁਤ ਪੱਕੀ ਤਰ੍ਹਾਂ ਰੈਪ ਕੀਤਾ ਹੋਇਆ ਸੀ ਇਹਨਾਂ ਨੇ ਤੇ ਇਹਦੇ ਵਿੱਚ ਇੰਝ ਲੱਗ ਰਿਹਾ ਨਾ ਕਿ ਮੈਟਰਸ ਮਤਲਬ ਕਿਸ ਤਰ੍ਹਾਂ ਹੈ ਸੋਫਟ ਜਿਹਾ ਜਿੱਦਾਂ ਹੈਗਾ ਹੈ ਤੇ ਮੁੜ ਗਿਆ ਨਹੀਂ ਨਹੀਂ ਇਸ ਤਰ੍ਹਾਂ ਦਾ ਨਹੀਂ ਹੈਗਾ ਇਹ ਬਹੁਤ ਮੋਟਾ ਤੇ ਬਹੁਤ ਜ਼ਿਆਦਾ ਹਾਰਡ ਮਤਲਬ ਹਾਰਡ ਕਹਿ ਲਓ ਜਿੱਦਾਂ ਨਾ ਮਤਲਬ ਲੱਗਦਾ ਨਹੀਂ ਸੀ ਕਿ ਅਸੀਂ ਅਸੀਂ ਸਾਡੇ ਵਰਗਾ ਤੇ ਇਹਨੂੰ ਮੋੜ ਵੀ ਨਹੀਂ ਸਕਦਾ ਤੇ ਬਹੁਤ ਜ਼ਿਆਦਾ ਰੈਪ ਕੀਤਾ ਹੋਇਆ ਸੀ ਤੇ ਇਹਨੂੰ ਜਦੋਂ ਅਸੀਂ ਖੋਲਿਆ ਤੇ ਪੂਰਾ ਖੁੱਲ ਚੁੱਕਿਆ ਸੀ ਚੰਗੀ ਤਰ੍ਹਾਂ 15 ਮਿੰਟ ਤਾਂ ਇਹਨੂੰ ਖੋਲਣ ਵਿੱਚ ਹੀ ਲੱਗ ਗਏ ਇੰਨਾ ਜ਼ਿਆਦਾ ਟਾਈਮ ਲੱਗ ਗਿਆ ਇਹਨੂੰ ਖੋਲਣ 'ਚ ਖਤਮ ਹੀ ਨਹੀਂ ਹੋ ਰਿਹਾ ਸੀ ਇਹ ਜਿਹੜਾ ਰੈਪ ਹੈਗਾ ਸੀ ਨਾ ਖਤਮ ਹੀ ਨਹੀਂ ਹੋ ਰਿਹਾ ਸੀ ਤੇ ਨਿਕਲੀ ਜਾ ਰਿਹਾ ਸੀ ਨਿਕਲੀ ਜਾ ਰਿਹਾ ਸੀ ਤੇ ਬਹੁਤ ਜ਼ਿਆਦਾ ਇਹਨਾਂ ਨੇ ਚੰਗੀ ਤਰ੍ਹਾਂ ਕੀਤਾ ਹੋਇਆ ਸੀਗਾ ਤਾਂ ਹੀ ਨਾ ਡੱਬੇ ਦੇ ਅੰਦਰ ਫਿੱਟ ਵੀ ਹੋ ਗਿਆ ਸੀ ਮੈਟਰਸ
ਤੇ ਹੁਣ ਚਲੋ ਫਿਰ ਇਹ ਵੀ ਮਿਸ਼ਨ ਕਾਮਯਾਬ ਹੋ ਗਿਆ, ਬੈੱਡ ਜੁੜ ਗਿਆ ਬੈੱਡ ਵੀ ਜੁੜ ਗਿਆ ਤੇ ਗੱਦਾ ਵੀ ਖੁੱਲ ਗਿਆ, ਤੇ ਬਸ ਹੁਣ ਇਹਨੂੰ ਗੱਦੇ ਨੂੰ ਖੋਲਾਂਗੇ, ਤੇ ਗੱਦਾ ਅੰਦਰ ਜਦੋਂ ਪਿਆ ਸੀ ਤਾਂ ਪਤਾ ਹੀ ਨਹੀਂ ਚੱਲਦਾ ਕਿ ਗੱਦਾ ਹੈ ਕੀ ਹੈਗਾ, ਲੇਕਿਨ ਖੋਲਣ ਤੋਂ ਬਾਅਦ ਪਤਾ ਚੱਲਿਆ ਗੱਦਾ ਹੀ ਹੈਗਾ, ਤੇ ਖੁੱਲ ਗਿਆ ਗੱਦਾ, ਵੇਖੋ ਕਿਵੇਂ ਖੁੱਲ ਗਿਆ ਨਾ ਪੂਰਾ, ਬਾਪਰੇ ਕਿਸ ਤਰ੍ਹਾਂ ਇਹਨਾਂ ਨੇ ਬੰਦ ਕੀਤਾ ਹੋਇਆ ਸੀ, ਪਰ ਬਹੁਤ ਅੱਛੇ ਤਰ੍ਹਾਂ ਕੀਤਾ ਸੀ। ਆ ਦੇਖੋ ਕਿੰਨਾ ਮੋਟਾ ਵੀ ਹੈਗਾ ਗੱਦਾ, ਤੇ ਹੋ ਗਿਆ। ਤੇ ਹੁਣ ਚਲੋ ਇਹਦੇ ਤੇ ਅਸੀਂ ਹੁਣ ਬੈਡਸ਼ੀਟ ਲਗਾਵਾਂਗੇ, ਤੇ ਬਹੁਤ ਸੋਫਟ ਵੀ ਸੀ ਔਰ ਨਾ ਜ਼ਿਆਦਾ ਹਾਰਡ ਨਾ ਜ਼ਿਆਦਾ ਸੋਫਟ, ਅੱਛਾ ਸੀ ਔਰ ਬਹੁਤ ਕੰਫਰਟੇਬਲ ਸੀ। ਤੇ ਹੁਣ ਇਹਨੂੰ ਅਸੀਂ ਲਗਾਵਾਂਗੇ ਬੈੱਡ ਬੈਡਸ਼ੀਟ ਤੇ। ਐ ਮੈਕਸ ਵੀ ਆ ਗਿਆ ਬੈੱਡ ਤੇ, ਕਹੇਗਾ ਇਹ ਕਹਿੰਦਾ ਕਿ ਮੈਨੂੰ ਵੀ ਚੜਾਓ, ਮੈਂ ਵੀ ਜ਼ਰਾ ਦੇਖਾਂ ਕੰਫਰਟੇਬਲ ਹੈਗਾ ਕਿ ਨਹੀਂ, ਇਹ ਵੀ ਪੂਰੀ ਤਰ੍ਹਾਂ ਚੈੱਕ ਕਰ ਰਿਹਾ। ਤੇ ਗਾਇਸ ਦੇ ਘਰ ਦਾ ਮੈਂਬਰ ਹੀ ਹੈ ਸਾਡਾ, ਤੇ ਅਸੀਂ ਇਹਨੂੰ ਸਭ ਤੋਂ ਜ਼ਿਆਦਾ ਇਹਨੂੰ ਪਿਆਰ ਕਰਦੇ ਹਾਂ ਮੈਕਸ ਨੂੰ। ਮੈਕਸ ਤੋਂ ਬਗੈਰ ਤਾਂ ਮਤਲਬ ਕੁਛ ਹੈ ਹੀ ਨਹੀਂ ਸਾਡੀ ਲਾਈਫ ਵਿੱਚ, ਤੇ ਬਹੁਤ ਜ਼ਿਆਦਾ ਅਸੀਂ ਇਹਨੂੰ ਪਿਆਰ ਕਰਦੇ ਹਾਂ। ਤੇ ਇਹ ਮਤਲਬ ਘਰ ਦੇ ਵਿੱਚ ਹੁੰਦਾ ਹੈ ਜਾਂ ਘੁੰਮਦਾ ਫਿਰਦਾ ਰਹਿੰਦਾ ਨਾ, ਮੈਨੂੰ ਬੜਾ ਅੱਛਾ ਲੱਗਦਾ। ਜੇ ਮੈਂ ਘਰ ਦੇ ਅੰਦਰ ਇਕੱਲੀ ਵੀ ਹੋਵਾਂ ਨਾ, ਮੈਨੂੰ ਬੜਾ ਅੱਛਾ ਲੱਗਦਾ ਕਿ ਚਲੋ ਹਾਂ, ਫਿਰ ਮੈਨੂੰ ਇਕੱਲਾਪਨ ਮਹਿਸੂਸ ਨਹੀਂ ਹੁੰਦਾ ਕਿ ਵੀ ਹਾਂ ਮੈਂ ਘਰ ਇਕੱਲੀ ਨਹੀਂ ਹੈਗੀ, ਮੈਕਸ ਮੇਰੇ ਨਾਲ ਹੈਗਾ। ਤੇ ਇਹ ਜਿਹੜੀ ਬੈਡਸ਼ੀਟ ਹੈਗੀ ਹੈ, ਇਹ ਮੇਰੀ ਸਿਸਟਰ ਨੇ ਪੰਜਾਬ ਤੋਂ ਲਿਆਂਦੀ ਸੀ, ਤੇ ਜਦੋਂ ਉਹ ਲੋਕ ਹੁਣੇ ਆਏ ਸੀ US ਜਾਣ ਤੋਂ ਪਹਿਲੇ, ਉਹ ਲੋਕ ਆਏ ਸੀ ਜਦੋਂ, ਤੇ ਇਹ ਬੈਡਸ਼ੀਟ ਮੇਰੀ ਸਿਸਟਰ ਨੇ ਲਿਆਂਦੀ ਸੀ, ਤੇ ਮੈਂ ਨਾ ਓਪਨ ਨਹੀਂ ਕੀਤੀ ਸੀ ਕਿਉਂਕਿ ਨਾ ਕਾਫੀ ਸਾਰੇ ਬੈਡਸ਼ੀਟ, ਉਹਨੇ 5-6 ਬੈਡਸ਼ੀਟ ਲਿਆਂਦੀਆਂ ਸੀ, ਤੇ ਨਾ ਮੈਂ ਓਪਨ ਨਹੀਂ ਕੀਤੀ ਸੀ ਬੈਡਸ਼ੀਟ। ਤੇ ਮੈਂ ਕਿਹਾ ਕਿ ਚਲੋ ਜਾਣਾ ਹੈਗਾ ਹੁਣ, ਕਿ ਉਹਨੂੰ ਨਵੀਆਂ ਨਵੀਆਂ ਖੋਲਣੀਆਂ, ਨਾਲ ਹੀ ਲੈ ਜਾਵਾਂਗੇ, ਉੱਥੇ ਜਾ ਕੇ ਹੀ ਕਰ ਲਾਂਗੇ। ਬਹੁਤ ਪਿਆਰੀ ਬੈਡਸ਼ੀਟ ਸੀ, ਮੈਂ ਫਸਟ ਟਾਈਮ ਮੇਹਰ ਦੇ ਬੈੱਡ ਤੇ ਲਗਾਈ ਸੀ, ਬਹੁਤ ਫਿੱਟ ਆ ਗਈ ਸੀ, ਅੱਛੀ ਤਰ੍ਹਾਂ ਫਿੱਟ ਆ ਗਈ ਸੀ, ਬਹੁਤ ਪਿਆਰੀ ਬੈਡਸ਼ੀਟ ਸੀ ਤੇ ਫੈਬਰਿਕ ਬੜਾ ਪਿਆਰਾ ਸੀ ਇਹਦਾ। ਤੇ ਪੰਜਾਬ ਦੀ ਬੈਡਸ਼ੀਟ ਤਾਂ ਵੈਸੇ ਵੀ ਬੜੀਆਂ ਪਿਆਰੀਆਂ ਹੁੰਦੀਆਂ। ਤੇ ਬਸ ਹੋ ਗਿਆ ਹੁਣ ਮੇਹਰ ਦਾ ਪੂਰੀ ਤਰ੍ਹਾਂ ਕਮਰਾ ਸੈੱਟ ਹੋ ਗਿਆ, ਤੇ ਬਸ ਉਹ ਮੇਹਰ ਹੁਣ ਕਲੋਜ਼ੈਟ ਵਿੱਚੋਂ ਕੁਛ ਪਿਲੋ ਕੱਢ ਕੇ ਲਿਆਈ ਸੀ, ਪਿਲੋ ਵੀ ਲਿੱਤੇ ਸੀ, ਤੇ 2 ਪਿਲੋ ਨਵੇਂ ਲਿੱਤੇ ਸੀਗੇ। ਤੇ ਜਿਹੜੇ ਸਾਡੇ ਵਾਲੇ ਪਿੱਲੋ ਹੈਗੇ ਸੀ, ਉਹ ਤੇ ਅਸੀਂ ਆਪਣੇ ਇੰਡੀਆ ਤੋਂ ਲੈ ਕੇ ਆਉਂਦੇ ਸੀ ਕਿਉਂਕਿ ਸਾਨੂੰ ਆਪਣੇ ਪਿੱਲੋ ਤੋਂ ਬਗੈਰ ਨੀਂਦ ਨਹੀਂ ਆਉਂਦੀ, ਤੇ ਅਸੀਂ ਆਪਣੇ ਪਿੱਲੋ ਨਾਲ ਲੈ ਕੇ ਆਏ ਸੀ। ਤੇ ਬਸ ਉਹ ਇਹ ਬੈੱਡ ਸੈੱਟ ਹੋ ਗਿਆ। ਅਗਰ ਮੇਰੀ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਤੇ ਪਲੀਜ਼ ਗਾਈਸ ਲਾਈਕ ਕਰਨਾ, ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ, ਤੇ ਚਾਰਿਆਂ ਨੂੰ ਪਿਆਰ ਕਰੀ। ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮੱਚ।